ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਦੇ ਨਾਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਗੱਲ ਕਰਾਂਗੇ ਦੁਪਹਿਰ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਨੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਵੱਡੇ ਬੰਦਿਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਪਲਾਨ ਐਸਬੀਜੀ ਦੀ ਤਰਜ਼ ਤੇ ਟ੍ਰੇਨਿੰਗ ਆ ਪਿਆਜ਼ ਦੀਆਂ ਵਧੀਆ ਕੀਮਤਾਂ ਨੇ ਲੋਕਾਂ ਦਾ ਕੱਢਿਆ ਧੂਆਂ ਲੋਕ ਪਰੇਸ਼ਾਨ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਭੰਡੇ ਨਿਯੁਕਤੀ ਪੱਤਰਾਂ 12ਵੀਂ ਪਾਸ ਲਈ ਭਾਰਤੀ ਬਿਨਾ ਪ੍ਰੀਖਿਆ ਤੋਂ ਹੋਵੇਗੀ ਚੋਣ ਇਸ ਤਰ੍ਹਾਂ ਕਰੋ ਅਪਲਾਈ ਪਹਿੰਦੇ ਸੂਬਿਆਂ ਚ ਹੋਣ ਵਾਲੀਆਂ ਚੋਣਾਂ ਚ ਪੰਜਾਬ ਦੇ ਸੱਤ ਅਧਿਕਾਰੀਆਂ ਦੀ ਨਿਗਰਾਨ ਦੇ ਤੌਰ ਤੇ ਲੱਗੀ ਡਿਊਟੀ ਹੋਰ ਨਾਲ ਸੰਭਲਿਆ ਚਾਰਜਾ ਦਰਬਾਰ ਸਾਹਿਬ ਪੁੱਜੇ ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਖੁੱਡਾ ਐਸਵਾਈਐਲ ਤੇ ਬੋਲੇ ਕਿਹਾ ਆਪਣੇ ਹਿੱਸੇ ਦਾ ਪਾਣੀ ਤਾਂ ਅਸੀਂ ਪੰਜਾਬ ਤੋਂ ਲੈ ਕੇ ਰਾਂਗੇ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਹੋ ਸਕਦੀ ਹੈ ਬੰਦ ਕੇਂਦਰੀ ਕਰਮਚਾਰੀਆਂ ਦਾ ਇੰਤਜ਼ਾਰ ਖਤਮ ਦਿਵਾਲੀ ਤੋਂ ਪਹਿਲਾਂ ਮਿਲ ਜਾਵੇਗੀ ਮੋਟੀ ਤਨਖਾਹ ਸੁਖਪਾਲ ਖੈਰਾਨੀਆਂ ਬਾਤ ਸਕਦੀਆਂ ਨੇ ਮੁਸ਼ਕਲਾਂ ਕਰੀਬੀਆਂ ਦੇ ਖਾਤੇ ਚ ਹੋਇਆ ਕਰੋੜਾਂ ਦਾ ਲੈਣ ਦੇ ਜਾਚ ਵਿੱਚ ਝੋਟੀ ਐਸਆਈਟੀ ਤਾਂ ਦੋਸਤੋ ਅੱਜ ਦੀਆਂ ਆਪਣੀਆਂ ਇਸ ਵੇਲੇ ਦੀਆਂ ਚੌਣਵੀਂ ਖਬਰਾਂ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਖਬਰ ਹੈ ਕਿ ਵੱਡੇ ਬੰਦਿਆਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਪਲਾਨ ਐਸਪੀਜੀ ਦੀ ਤਾਜ਼ਾ ਤੇ ਟ੍ਰੇਨਿੰਗ ਹੈ ਪੰਜਾਬ ਪੁਲਿਸ ਵਿਵੀਆਈਪੀ ਜਾਂ ਵੀਆਈਪੀਜ਼ ਦੀ ਸੁਰੱਖਿਆ ਵਿੱਚ ਵੱਡਾ ਕਦਮ ਵੱਡਾ ਕਦਮ ਚੁੱਕਣ ਜਾ ਰਹੀ ਹੈ ਪ੍ਰਧਾਨ ਮੰਤਰੀ ਨarendra Modi ਦੀ ਸੁਰੱਖਿਆ ਵਿੱਚ ਕੋਤਾਹੀ ਤੋਂ ਸਬਕ ਲੈਂਦਾ ਪੰਜਾਬ ਪੁਲਿਸ ਨੇ ਇਸ ਸਮੱਸਿਆ ਨਾਲ ਜੱਠਣ ਲਈ ਠੋਸ ਐਕਸ਼ਨ ਪਲਾਨ ਬਣਾ ਲਿਆ ਹੈ ਸੂਤਰਾਂ ਮੁਤਾਬਕ ਵੀ VIP ਡਿਊਟੀ ਤੇ ਤੈਨਾਤ ਕੀਤੇ ਜਾਣ ਵਾਲੇ ਚੋਪਾਹੀਆਂ ਅਤੇ ਅਧਿਕਾਰੀਆਂ ਦੀ ਟੁਕੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ SPG ਦੀ ਤਜ ਦੇ ਤਿਆਰ ਕੀਤੀ ਜਾ ਰਹੀ ਹੈ ਇਸ ਵਿੱਚ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤੈਅ ਨਿਯਮਾਂ ਬਾਰੇ ਸਿਖਲਾਈ ਦੇਣ ਦੇ ਨਾਲ-ਨਾਲ ਪ੍ਰਤੀਕੂਲ ਸਥਿਤੀਆਂ ਨਾਲ ਨਜਿੱਠਣ ਦੇ ਗੌਰ ਵਿੱਚ ਸਿਖਾਏ ਜਾ ਰਹੇ ਨੇ ਇਸ ਸਬੰਧੀ ਪੰਜਾਬ ਪੁਲਿਸ ਦੀ ਪਹਿਲੀ ਟੁਕੜੀ ਨੂੰ ਸਿਖਲਾਈ ਦਿੱਤੀ ਗਈ ਹੈ ਜਦਕਿ ਸੜਕ ਸੁਰੱਖਿਆ ਬਾਲ ਦੇ ਜਵਾਨਾਂ ਨੂੰ ਸਾਰੇ ਆਧੁਨਿਕ ਸਾਜ਼ੋ-ਸਮਾਨ ਤੇ ਹਥਿਆਰ ਨਾਲ ਲੈ ਸਾਈ ਹਾਈਵੇ ਤੇ ਤੇ ਨਾ ਤੇ ਕੀਤਾ ਜਾਵੇਗਾ ਦੱਸ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕੀਤਾ ਸੀ ਇਸ ਦੌਰਾਨ ਸ਼ਰਕ ਰਸਤੇ ਜਾਂਦੇ ਸਮੇਂ ਉਹਨਾਂ ਦੇ ਸੁਰੱਖਿਆ ਕੇਰੇ ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਕੁਤਾਹੀ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰਨ ਖਮਿਆਜਾ ਭੁਤਣਾ ਪਿਆ ਸੀ ਸੂਬਾ ਸਰਕਾਰ ਨੂੰ ਵੀ ਨਾਮੋਸ਼ੀ ਚਲਣੀ ਪਈ ਸੀ ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦਾ ਕੱਢਿਆ ਧੂਆਂ ਲੋਕ ਪਰੇਸ਼ਾਨ ਪਿਛਲੇ ਦਿਨੀ ਟਮਾਟਰ ਦੀਆਂ ਕੀਮਤਾਂ ਸਮਾਨੀ ਚੜ ਗਈਆਂ ਸਨ ਤੇ ਹੁਣ ਪਿਆਜ਼ ਦੀਆਂ ਕੀਮਤਾਂ ਆਸਮਾਨੀ ਚੜੀਆਂ ਦਿਸ ਰਹੀਆਂ ਨੇ ਜੋ ਪਿਆਜ਼ ਪਿਛਲੇ ਦਿਨੀ 30 ਤੋਂ 40 ਰੁਪਏ ਕਿਲੋ ਵਿਕ ਰਿਹਾ ਸੀ ਅੱਜ ਉਸ ਦਾ ਰੇਟ ਸੱਤ ਤੋਂ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕਾ ਹੈ ਇਸ ਦਾ ਇਸ ਦਾ ਤਿਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਮਹਿੰਗਾਈ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ ਇਸ ਦੀ ਵਜ੍ਹਾ ਹੈ ਪਿਆਜ਼ ਦੀਆਂ ਵਧੀਆਂ ਹੋਈਆਂ ਕੀਮਤਾਂ ਪਿਛਲੇ ਦਿਨੀ ਟਮਾਟਰ ਦੀਆਂ ਕੀਮਤਾਂ ਆਸਮਾਨੀ ਚੜੀਆਂ ਵੇਖਣ ਨੂੰ ਮਿਲੀਆਂ ਸੀ ਅਤੇ ਹੁਣ ਤੇ ਟਮਾਟਰ 200 ਤੋਂ 250 ਰੁਪਏ ਕਿਲੋ ਵਿਕਿਆ ਸੀ ਤੇ ਹੁਣ ਪਿਆਜ਼ ਦੀਆਂ ਕੀਮਤਾਂ ਆਸਮਾਨੀ ਚੜੀਆਂ ਦਿਸ ਰਹੀਆਂ ਨੇ ਜੋ ਪਿਆਜ਼ ਪਿਛਲੇ ਦਿਨੀ 30 ਤੋਂ 40 ਰੁਪਏ ਵਿਕ ਰਿਹਾ ਸੀ ਅੱਜ ਉਸ ਦਾ ਰੇਟ 70 ਤੋਂ 80 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕਿਆ ਹੈ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੰਡੇ ਨਿਯੁਕਤੀ ਪੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਦੇ 51 ਹਜ਼ਾਰ ਨਾਮਯੁਕਤ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਇਹਨਾਂ ਨਾਮਯੁਕਤ ਵਿਅਕਤੀਆਂ ਦੀ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਅਸਾਮੀਆਂ ਲਈ ਚੋਣ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਨੇ ਪੂਰੇ ਵਿਵਸਥਾ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ ਇਸ ਕਾਰਨ ਨੌਜਵਾਨਾਂ ਨੂੰ ਭਾਰਤੀ ਪ੍ਰਕਿਰਿਆ ਵਿੱਚ ਭਰੋਸਾ ਹੈ ਉਹਨਾਂ ਨੇ ਕਿਹਾ ਕਿ ਰੋਜ਼ਗਾਰ ਮੇਲੇ ਦਾ ਭਾਰਤੀ ਪ੍ਰਗੈਰ ਸਮਾ ਕਟਿਆ ਹੱਦ ਉਸਗਾਰ ਮੇਲੇ ਦਾ ਆਯੋਜਨ ਆਨਲਾਈਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨੇ ਡਿਜੀਟਲ ਮਾਧਿਮ ਰਾਹੀਂ ਹਰ ਕਿਸੇ ਨਾਲ ਜੁੜਿਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਕਿਹਾ ਕਿ ਰੋਜ਼ਗਾਰ ਮੇਲੇ ਨੇ ਨੌਜਵਾਨਾਂ ਦੀਆਂ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰ ਦਿੱਤਾ ਹੈ ਤੇ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ ਮਿਲ ਜਾਂਦੀ ਹੈ ਤੇ ਉਹਨਾਂ ਕਿਹਾ ਕਿ ਬਹੁਤ ਸਾਰੇ ਸੈਕਟਰ ਤੇਜ਼ੀ ਨਾਲ ਵਿਕਾਸ ਕਰ ਰਹੇ ਨੇ ਜਿਸ ਕਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਨੇ 12ਵੀਂ ਪਾਸ ਲਈ ਭਾਰਤੀ ਬਿਨਾ ਪ੍ਰੀਖਿਆ ਤੋਂ ਹੋਵੇਗੀ ਚਾਹੋ ਇਸ ਤਰ੍ਹਾਂ ਕਰੋ ਆ ਪੱਲਾਈ ਜੇਕਰ ਤੁਸੀਂ ਇਹ 12ਵੀਂ ਪਾਸ ਹੋ ਚੁੱਕੇ ਹੋ ਤੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਕੇਂਦਰੀ ਅਧਿਜੋਗਿਕ ਸੁਰੱਖਿਆ ਬਲ CISF ਨੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਨੂੰ ਪਰਲੇ ਅਰਜ਼ੀਆਂ ਮੰਗੀਆਂ ਨੇ ਕੋਈ ਵੀ ਯੋਗ ਉਮੀਦਵਾਰ ਜੋ CISF ਵਿੱਚ ਇਹਨਾਂ ਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ CISF ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦਾ ਹੈ ਇਹਨਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ 28 ਨਵੰਬਰ 2023 ਨੂੰ ਬੰਦ ਹੋਵੇਗੀ CISF ਦੀ ਇਸ ਭਾਰਤੀ ਮਹਿੰਮ ਤਹਿਤ ਸੰਗਠਨ ਵਿੱਚ 215 ਸਾਮੀਆਂ ਤੇ ਭਰਤੀ ਕੀਤੀ ਜਾਵੇਗੀ ਜੇਕਰ ਤੁਸੀਂ ਵੀ ਇਹਨਾਂ ਅਹੁਦਿਆਂ ਤੇ ਨੌਕਰੀ ਕਰਨ ਲਈ ਤਿਆਰੀ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਹੇਠ ਦਿੱਤੀਆਂ ਇਹਨਾਂ ਸਾਰੀਆਂ ਜ਼ਰੂਰੀ ਗੱਲਾਂ ਨੂੰ ਧਿਆਨ ਨਾਲ ਦੇਖੋ ਸੀਆਈਐਸ ਫਾਰਮ ਭਰਨ ਦੀ ਯੋਗਤਾ ਉਮੀਦਵਾਰਾਂ ਨੂੰ ਖੇਡਨਾ ਅਤੇ ਐਥਲੈਟਿਕਸ ਵਿੱਚ ਰਾਜ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਨਿਮਾਇੰਦਗੀ ਕੀਤੀ ਹੋਣੀ ਚਾਹੀਦੀ ਹੈ ਨਾਲ ਹੀ ਕਿਸੇ ਵੀ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਅਪਲਾਈ ਕਰਨ ਦੀ ਉਮਰ ਸੀਮਾ ਹੈਗੀ ਹੈ ਜੀ ਘੱਟ ਤੋਂ ਘੱਟ 18 ਸਾਲ ਦੇ ਵੱਧ ਤੋਂ ਵੱਧ 23 ਸਾਲ ਭਰਤੀ ਪ੍ਰਕਿਰਿਆ ਵਿੱਚ ਟ్రਾਇਲ ਟੈਸਟ ਕੁਸ਼ਲਤਾ ਟੈਸਟ ਫਿਜ਼ੀਕਲ ਸਟੈਂਡਰਡ ਟੈਸਟ ਪੀ ਐਸਟੀ ਦਸਤਾਵੇਜ਼ ਅਤੇ ਮੈਡੀਕਲ ਟੈਸਟ ਸ਼ਾਮਲ ਹੋਣਗੇ ਭਰਤੀ ਦੇ ਸਾਰੇ ਪੜਾਵਾਂ ਲਈ ਕਾਲ ਅਪ ਲੈਟਰ ਐਡਮਿਟ ਕਾਰਡ ਸਿਰਫ ਸੀ ਆਈ ਐਸ ਐਫ ਭਰਤੀ ਵੈਬਸਾਈਟ ਤੇ ਆਨਲਾਈਨ ਮੌਦਰਾਹੀ ਜਾਰੀ ਕੀਤੇ ਜਾਣਗੇ ਪੰਜ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ 'ਚ ਪੰਜਾਬ ਦੇ ਸੱਤ ਅਧਿਕਾਰੀਆਂ ਨੇ ਨਿਗਰਾਨ ਦੇ ਤੌਰ ਤੇ ਲੱਗੀ ਡਿਊਟੀ ਹੋਰਨ ਨੂੰ ਸੌਪਿਆ ਚਾਰਜ ਪੰਜ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ 'ਚ ਨਿਗਰਾਨ ਦੇ ਤੌਰ ਤੇ ਪੰਜਾਬ ਦੇ ਆਈ.ਈ.ਐਸ ਅਫਸਰਾਂ ਦੀ ਡਿਊਟੀ ਲੱਗਣ ਤੋਂ ਬਾਅਦ ਉਹਨਾਂ ਦੇ ਵਿਭਾਗਾਂ ਦਾ ਚਾਰਜ ਹੋਰਨ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਦਾ ਕੰਮਕਾਜ ਕੁਮਾਰ ਰਾਹੁਲ ਦੇਖਣਗੇ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਦਲਜੀਤ ਸਿੰਘ ਮੰਗੜ ਦਾ ਕਾਰਜਪਾਲ ਗੁਰਪ੍ਰੀਤ ਕੌਰ ਸਾਹਭਰਾ ਨੂੰ ਸੌਂਪ ਦਿੱਤਾ ਗਿਆ ਫੀਰਕੋਟ ਦੇ ਡਿਵੀਜ਼ਨਲ ਕਮਿਸ਼ਨਰ ਦਾ ਕ ਇਹ ਡਿਵੀਜ਼ਨਲ ਕਮਿਸ਼ਨ ਅਰुण ਸ਼ੇਖੜੀ ਨੂੰ ਸੌਂਪਿਆ ਗਿਆ ਹੈ ਸ਼ੂਗਰ ਫੈਟ ਦੇ ਐਮ ਡੀ ਅਰਵਿੰਦਰ ਪਾਲ ਸਿੰਘ ਸੰਧੂ ਦਾ ਕਾਰਜਭਾਰ ਵਿਮਲ ਕੁਮਾਰ ਛੇਤੀਆ ਨੂੰ ਸੌਂਪ ਦਿੱਤਾ ਗਿਆ ਹੈ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਪ੍ਰੀਤ ਗੋਇਲ ਦਾ ਕਾਰਜਭਾਰ ਸੁਨਾਲੇ ਗਿਰਨ ਨੂੰ ਦਿੱਤਾ ਗਿਆ ਹੈ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਭਪਿੰਦਰ ਸਿੰਘ ਦਾ ਕਾਰਜਭਾਰ ਸੰਦੀਪ ਸਿੰਘ ਦੇਖਣਗੇ ਜਦਕਿ ਸਮਾਜ ਕਲਿਆਣ ਵਿਭਾਗ ਦੇ ਡਾਇਰੈਕਟਰ ਜਸਪ੍ਰੀਤ ਸਿੰਘ ਦੀ ਜਗ੍ਹਾ ਅਗਲੇ ਕੁਝ ਦਿਨਾਂ ਲਈ ਬਬੀਤਾ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ ਦਰਬਾਰ ਸਾਹਿب ਪੁੱਜੇ ਹਰਿਆਣਾ ਦੇ ਸਾਬਕਾ ਸੀਐਮ ਭពਿੰਦਰ ਹੱਡਾ ਐਸਵਾਈਐਲ ਤੇ ਬੋਲੇ ਕਿਹਾ ਆਪਣੇ ਹਿੱਸੇ ਦਾ ਪਾਣੀ ਤਾਂ ਅਸੀਂ ਪੰਜਾਬ ਤੋਂ ਲੈ ਕੇ ਰਾਂਗੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭពਿੰਦਰ ਹੱਡਾ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਨਤਮਸਤਕ ਹੋਣ ਪੁੱਜੇ ਇੱਥੇ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਐਸਵਾਈਐਲ ਤੇ ਪੁੱਛੇ ਸਵਾਲ ਉੱਤੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੋਇਆ ਅਸੀਂ ਕਿਸੇ ਦਾ ਹੱਕ ਨਹੀਂ ਮੰਗਦੇ ਪਰ ਅਸੀਂ ਆਪਣੇ ਹਿੱਸੇ ਦਾ ਪਾਣੀ ਪੰਜਾਬ ਤੋਂ ਲੈ ਕੇ ਰਾਂਗੇ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੇ ਰਜਿਸਟ੍ਰੇਸ਼ਨ ਅੱਜ ਹੋ ਸਕਦੀ ਹੈ ਬੰਦਾ 28 ਅਕਤੂਬਰ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਵੱਲੋਂ ਇਲੈਕਟ੍ਰਿਕ ਪਾਲਿਸੀ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਇਲੈਕਟ੍ਰਿਕ ਵਹੀਕਲ ਪਾਲਿਸੀ 2022 ਵਿੱਚ ਸੋਧ ਕਰਦਿਆਂ ਸ਼ਹਿਰ ਵਿੱਚ 1600 ਦੇ ਕਰੀਬ ਹਰ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨ ਨੂੰ ਹਰੀ ਛੰਡੀ ਦੇ ਦਿੱਤੀ ਸੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਐਸੇ ਛੋਟ ਨੂੰ 10 ਦਿਨਾਂ ਵਿੱਚ ਹੀ ਪੂਰੀ ਕਰ ਲਿਆ ਗਿਆ ਜਿਸ ਤੋਂ ਬਾਅਦ ਹੁਣ ਫਿਰ ਤੋਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਚੰਡੀਗੜ੍ਹ ਵਿੱਚ ਬੰਦ ਕਰ ਦਿੱਤੀ ਗਈ ਹੈ ਕੇਂਦਰੀ ਕਰਮਚਾਰੀਆਂ ਦਾ ਇੰਤਜ਼ਾਰ ਖਤਮ ਦਿਵਾਲੀ ਤੋਂ ਪਹਿਲਾਂ ਮਿਲ ਜਾਵੇਗੀ ਮੋਟੀ ਤਨਖਾਹ ਸੱਤਵੇਂ ਤਨਖਾਹ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਪਹਿਲੀ ਸ਼੍ਰੇਣੀ ਦੇ ਕੇਂਦਰੀ ਮੁਲਾਜ਼ਮਾਂ ਲਈ ਵੱਡਾ ਐਲਾਨ ਕੀਤਾ ਗਿਆ ਇਸ ਮਹੀਨੇ ਦੇ ਅੰਤ ਵਿੱਚ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਦਿਵਾਲੀ ਦਾ ਤੋਹਫ਼ਾ ਮਿਲਣ ਵਾਲਾ ਹੈ ਕੇਂਦਰ ਸਰਕਾਰ ਦੇ ਵਿਭਾਗ ਵੱਲੋਂ ਇੱਕ ਮੰਗ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਇਸ ਸਾਲ 2023 ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ ਸੱਤਵੇਂ ਤਿਰਖਾ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਹਿਲੇ ਦਰਜ ਦੇ ਕੇਂਦਰੀ ਮੁਲਾਜ਼ਮਾਂ ਦੀ ਤਨਖਾਹ 18000 ਰੁਪਏ ਤੋਂ ਵੱਧ ਕੇ 55900 ਰੁਪਏ ਹੋ ਗਈ ਹੈ ਮਹਿੰਗਾਈ ਭੱਤੇ ਵਿੱਚ 4% ਦੇ ਵਾਧੇ ਨਾਲ ਕੋਲ ਡੀਏ ਵਧ ਕੇ 46% ਹੋ ਜਾਵੇਗਾ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੇਂਦਰ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਡੀਏ ਮੂਲ ਤਨਖਾਹ ਦੇ ਇੱਕ ਹਿੱਸੇ ਵਜੋਂ ਨਿਰਧਾਰਿਤ ਕੀਤਾ ਜਾਂਦਾ ਹੈ ਜੇਕਰ ਡੀਏ 'ਚ ਵਾਧਾ ਹੁੰਦਾ ਹੈ ਤਾਂ ਬੇਸਿਕ ਸੈਲਰੀ ਕੁਦਰਤੀ ਤੌਰ ਤੇ ਵਧ ਜਾਂਦੀ ਹੈ ਇਸ ਵਾਰ ਜਿਹੜਾ ਦਿਵਾਲੀ ਤੋਂ ਪਹਿਲਾਂ 4% ਡੀਏ ਮੋਦੀ ਸਰਕਾਰ ਦੁਆਰਾ ਵਧਾਇਆ ਜਾਵੇਗਾ ਸੁਖਪਾਲ ਖਰਾ ਦੀਆਂ ਵੱਦ ਸਕਦੀਆਂ ਨੇ ਮੁਸ਼ਕਲਾਂ ਕਰੀਬੀਆਂ ਦੇ ਖਾਤੇ ਚ ਹੋਇਆ ਕਰੋਨਾ ਦਾ ਲੈਣ ਦੇ ਜਾਣ ਵਿੱਚ ਜੁਟੇ ਐਸਆਈਟੀ ਪੁਲਤ ਨੂੰ 8 ਸਾਲ ਪੁਰਾਣੇ ਡਰੱਗਸ ਕੇਸ ਵਿੱਚ ਗ੍ਰਿਫਤਾਰ ਕੀਤੇ ਜਾਣ ਕਾਰਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਹੋਰ ਵਾਧ ਸਕਦੀਆਂ ਨੇ ਪੰਜਾਬ ਪੁਲਸ ਦੀ ਐਸਆਈਟੀ ਨੇ ਸੁਖਪਾਲ ਖਹਿਰਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀਆਂ ਦੇ ਕਰੀਬ 45 ਖਾਤਿਆਂ ਦੀ ਤਲਾਸ਼ੀ ਕੀਤੀ ਹੈ ਐਸਆਈਟੀ ਨਾਲ ਜੁੜੇ ਸੂਤਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਜਿਸ ਦੇ ਆਧਾਰ ਤੇ ਹੁਣ ਖਹਿਰਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਂਚ ਵਿੱਚ ਸਾਹਮਣੇ ਆਇਆ ਕਿ ਸੁਖਪਾਲ ਖਹਿਰਾ ਤੇ ਉਹਨਾਂ ਦੇ ਕਰੀਬੀਆਂ ਦੇ ਖਾਤੇ 'ਚ ਕਰੋੜਾਂ ਰੁਪਏ ਜਮ੍ਹਾਂ ਹਨ 2014 ਤੋਂ 2020 ਦਰਮਿਆਨ ਖਹਿਰਾ ਤੇ ਪਰਿਵਾਰਕ ਮੈਂਬਰਾਂ ਨੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਖਹਿਰਾ ਕੋਲ 6 ਗੱਡੀਆਂ ਨੇ ਜਿਨ੍ਹਾਂ ਦੀ ਮਹੀਨਾਵਾਰ ਕਿਸ਼ਤ 4.5 ਲੱਖ ਰੁਪਏ ਹੈ ਪਰ ਉਹਨਾਂ ਦੀ ਆਮਦਨ ਸਿਰਫ 2.5 ਲੱਖ ਰੁਪਏ ਜਾਂਚ ਵਿੱਚ ਸਾਹਮਣੇ ਆਇਆ ਕਿ ਪੀਏ ਅਕਾਊਂਟ ਨੂੰ ਚਲਾਉਣ ਲਈ ਜੋ ਮੋਬਾਈਲ ਨੰਬਰ ਦਿੱਤਾ ਗਿਆ ਉਹ ਸੁਖਪਾਲ ਖਹਿਰਾ ਦੇ ਪਰਿਵਾਰ ਦੀ ਇੱਕ ਔਰਤ ਦਾਸਦੀ HDFC ਬੈਂਕ ਦੇ ਇਸ ਖਾਤੇ ਵਿੱਚ ਲਗਭਗ 2 ਕਰੋੜ ਰੁਪਏ ਜਮ੍ਹਾਂਸਨ ਦਾਵਾ ਕੀਤਾ ਜਾ ਰਿਹਾ ਹੈ ਕਿ ਖੈਰਾ ਦੇ ਕਰੀਬੀ ਰਿਸ਼ਤੇਦਾਰ ਅਤੇ ਗੰਨਰ ਦੇ ਖਾਤੇ ਵੀ ਵਰਤੇ ਗਏ ਹਨ ਸਹਿਕਾਰੀ ਬੈਂਕ ਦੇ ਇੱਕ ਖਾਤੇ ਵਿੱਚ 2 ਕਰੋੜ ਰੁਪਏ ਜਮ੍ਹਾਂ ਹੋ ਗਏ ਨੇ ਇਸ ਵਿੱਚ 743 ਲੱਖ ਰੁਪਏ ਦੀ ਕੈਸ਼ ਐਂਟਰੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਦੋਸਤੋ ਇਸ ਹੀ ਆਪਣੀਆਂ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵਾਅਦੇ ਤੋਂ ਵਾਅਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦ ਲਈ ਐਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ